ਯਾਰ ਮੈਂ ਸੋਚ ਲਿਆ ਕਿ ਮੈਂ ਕਰਵਾਉਣ ਲੱਗਾ ਵਿਆਹ ਕਾਰਨ ਹੈ ਕਿ ਬਾਲੀਵੁੱਡ ਵਿੱਚ ਚੱਲ ਰਿਹਾ ਵਿਆਹ ਦਾ ਸੀਜ਼ਨ ਦਸੰਬਰ 'ਚ ਸ਼ੁਰੂ ਹੋਇਆ ਸੀ ਸਭ ਤੋਂ ਪਹਿਲਾਂ ਕਰਾਇਆ ਵਿਰੁਸ਼ਕਾ ਨੇ ਫਿਰ ਉਸ ਤੋਂ ਬਾਅਦ ਸੁਰਵੀਨ ਚਾਵਲਾ ਨੇ ਅਨਾਊਂਸ ਕਰਤਾ ਕਿ ਉਹਨਾਂ ਨੇ ਵਿਆਹ ਕਰਵਾ ਲਿਆ ਹੈ ਤੇ ਸੋਨਮ ਕਪੂਰ ਦੇ ਵਿਆਹ ਬਾਰੇ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿਉਂਕਿ ਅੱਜ ਕੱਲ੍ਹ ਉਹੀ ਚਰਚਾ 'ਚ ਹੈ ਲੇਕਿਨ ਮੀਨਵਾਈਲ ਇੱਕ ਹੋਰ ਹੋ ਚੁੱਕਾ ਹੈ ਵਿਆਹ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਐਕਟਰ ਬੇਟੇ ਅੰਗਦ ਬੇਦੀ ਨੇ ਵਿਆਹ ਕਰਵਾ ਲਿਆ ਹੈ ਐਕਟਰੈਸ ਨੇਹਾ ਧੂਪੀਆ ਦੇ ਨਾਲ ਹਾਂਜੀ ਹਾਂਜੀ ਅੱਜ ਹੀ ਵਿਆਹ ਆਇਆ ਹੈ ਇਹ ਚੈੱਕ ਕਰੋ ਵਿਆਹ ਦੀਆਂ ਕੁਝ ਫੋਟੋਜ਼ ਵਿਆਹ ਹੋਇਆ ਹੈ ਨਿਊ ਦਿੱਲੀ ਦੇ ਗੁਰਦੁਆਰੇ ਸਾਹਿਬ ਦੇ ਵਿੱਚ ਤੇ ਪੂਰੀ ਸਿੱਖ ਸੈਰੇਮਨੀ ਨਾਲ ਵਿਆਹ ਹੋਇਆ ਹੈ ਤੇ ਬਹੁਤ ਸਾਰੇ ਸੈਲੀਬ੍ਰਿਟੀਜ਼ ਨੇ ਨੇਹਾ ਧੂਪੀਆ ਨੂੰ ਕੰਗ੍ਰੈਚੁਲੇਟ ਵੀ ਕੀਤਾ ਹੈ ਤੇ ਔਸਮ ਵੀਡੀਓਜ਼ ਵੇਖਣ ਲਈ ਸਾਡਾ ਸਬਸਕ੍ਰਾਈਬ ਕਰੋ ਚੈਨਲ ਤੇ ਮੈਂ ਤੁਹਾਨੂੰ ਮਿਲਦਾ ਰਹਾਂਗਾ ਇਸ ਤਰ੍ਹਾਂ ਹੀ ਖਬਰਾਂ ਦੇ ਨਾਲ gabruu.com ਪੰਜਾਬ ਦਾ ਇਕੋਇਕ ਯੂਥ ਪੋਰਟਲ ਐਂਟਰਟੇਨਮੈਂਟ ਦਾ ਦੇਸੀ ਪੰਚ